ਰਵਨੀਤ ਬਿੱਟੂ ਨੇ ਕਿਹਾ ਕਿਸਾਨਾਂ ਦੇ ਹੱਕਾਂ ਲਈ ਸੰਸਦ ਭਵਨ 'ਚ ਧਰਨਾ ਦੇਣ ਤੋਂ ਸਿਵਾ ਨਹੀਂ ਹੈ ਕੋਈ ਚਾਰਾ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨਾਲ ਮੁਲਾਕਾਤ ਦੌਰਾਨ ਸੌਂਪਿਆ 5 ਮੰਗਾਂ ਵਾਲਾ ਲਿਖਤੀ ਮੰਗ ਪੱਤਰ। ਮੁੱਖ ਮੰਤਰੀ ਨੇ ਵੱਖ ਵੱਖ ਮਹਿਕਮਿਆਂ ਦੇ ਕਰਮਚਾਰੀਆਂ ਨੂੰ ਆਪਣੇ ਕੰਮਾਂ 'ਤੇ ਮੁੜ ਆਉਣ ਦੀ ਕੀਤੀ ਅਪੀਲ। ਉਹਨਾਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਫਿਲਮੀ ਅੰਦਾਜ਼ 'ਚ ਗੈਂਗਸਟਰ ਪ੍ਰੀਤ ਸੇਖੋਂ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ। ਦੋ 2017 ਵਿੱਚ ਜ਼ਿਆਦਾ ਤੌਰ 'ਤੇ ਕੀਤੇ ਚੁਣਾਵੀ ਵਾਅਦੇ ਪੂਰੇ ਕਰ ਚੁੱਕੇ ਹਾਂ।